ਸ੍ਰੀਕਾਲ ਜੀ ਤੇ ਮੇਰੇ YouTube ਚੈਨਲ ਦੇ ਉੱਪਰ ਤੁਹਾਡਾ ਸਵਾਗਤ ਆ ਸੋ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰ ਲਿਆ ਗਿਆ ਜਿਸ ਤਰ੍ਹਾਂ ਕਿ ਪਤਾ ਹੈ ਕਿ ਮੈਂ ਨੈਟਵਰਕ ਮਾਰਕੀਟਿੰਗ ਉੱਪਰ ਵੀਡੀਓ ਬਣਾਉਣਾ ਹੈਗਾ ਆ ਤੇ ਮੈਂ ਚਾਹੁੰਦਾ ਆ ਕਿ ਜਿਹੜੀ ਇਹ ਇੰਡਸਟਰੀ ਹੈਗੀ ਆ ਹਰੇਕ ਬੰਦਾ ਇਹਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰੇ ਕਾਮਯਾਬ ਹੋਵੇ ਤੇ ਪੈਸਾ ਵੀ ਕਮਾਵੇ ਠੀਕ ਹੈ ਹੁਣ ਮੈਂ ਅੱਜ ਦੀ ਜਿਹੜੀ ਵੀਡੀਓ ਆ ਉਹਨਾਂ ਲੋਕਾਂ ਲਈ ਬਣਾ ਰਿਹਾ ਹੈਗਾ ਜਿਹੜੇ ਸ਼ੁਰੂਆਤ ਕਰਦੇ ਹੈਗੇ ਆ ਜਿਨ੍ਹਾਂ ਦੀ ਅਪਲਾਈਨ ਨੇ ਵੀ ਸ਼ੁਰੂਆਤ ਕੀਤੀ ਹੁੰਦੀ ਹੈਗੀ ਆ ਠੀਕ ਹੈ ਤੇ ਉਹਨਾਂ ਨੂੰ ਪ੍ਰੋਬਲਮਸ ਕੀ ਆਉਂਦੀ ਹੈਗੀ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਸੀ ਹੁਣ ਕੀ ਕੰਮ ਕਰੀਏ ਠੀਕ ਹੈ ਸੋ ਜਿਹੜੀ ਮੇਰੀ ਅੱਜ ਦੀ ਵੀਡੀਓ ਆ ਇਹ ਬਿਲਕੁਲ ਐਂਡ ਤੱਕ ਦੇਖਿਓ ਤਾਂ ਕਿ ਤੁਹਾਨੂੰ ਇਹਦੇ ਵਿੱਚ ਸਾਰਾ ਕੁਝ ਸਿੱਖਣ ਨੂੰ ਮਿਲੇ ਜਿੰਨੀ ਕੁ ਮੇਰੀ ਕੋਸ਼ਿਸ਼ ਹੈਗੀ ਆ ਮੈਂ ਤੁਹਾਨੂੰ ਵੱਧ ਤੋਂ ਵੱਧ ਦੱਸਣ ਦੀ ਕੋਸ਼ਿਸ਼ ਕਰੂੰਗਾ ਬਾਕੀ ਜੋ ਵੀ ਤੁਹਾਡੇ ਹੋਰ ਵੀ ਕੋਈ ਕੁਐਸਚਨ ਰਹਿ ਗਿਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੈਗੇ ਆ ਸੋ ਆਓ ਅੱਜ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਸ਼ੁਰੂਆਤ ਆਪਾਂ ਕਰਨੀ ਹੁੰਦੀ ਹੈਗੀ ਆ ਟੈਕਸਿੰਗ ਦੇ ਵਿੱਚ ਠੀਕ ਹੈ ਸਾਨੂੰ ਪਹਿਲਾਂ ਇਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਆਪਣੇ ਲੈਵਲ ਦੇ ਉੱਪਰ ਨਾ ਕਿ ਇਹ ਦੇਖਣਾ ਚਾਹੀਦਾ ਵੀ ਸਾਡੀ ਅਪਲਾਈਨ ਸਾਨੂੰ ਦੱਸੂਗੀ ਅਪਲਾਈਨ ਦੱਸਦੀ ਜਾਂਦੀ ਆ ਠੀਕ ਆ ਪਰ ਆਪਣੇ ਲੈਵਲ ਦੇ ਉੱਪਰ ਵੀ ਜਾਣਕਾਰੀ ਹੋਵੇ ਜਿਹੜੀ ਇਹ ਇੰਡਸਟਰੀ ਆ ਇਹ ਕਿੱਦਾਂ ਕੰਮ ਕਰਦੀ ਹੈਗੀ ਆ ਕੀ ਇਹਦੇ ਰੂਲ ਐਂਡ ਰੈਗੂਲੇਸ਼ਨ ਹੈਗੇ ਆ ਕੀ ਇਹਦਾ ਸਿਸਟਮ ਹੈਗਾ ਆ ਵੀ ਮੈਂ ਇਹਦੇ ਵਿੱਚ ਕਿੱਦਾਂ ਕਾਮਯਾਬ ਹੋ ਸਕਦਾ ਮੈਂ ਹੁਣ ਮੈਨੂੰ ਬਹੁਤ ਸਾਰੇ ਲੋਕ ਪੁੱਛਦੇ ਹੈਗੇ ਆ ਵੀ ਇਹ ਕੰਮ ਮੈਂ ਨਹੀਂ ਕਰ ਸਕਦਾ ਜਾਂ ਮੈਂ ਨਹੀਂ ਕਰ ਸਕਦੀ ਹੈਗੀ ਹਨਾ ਤੇ ਮੈਂ ਉਹਨਾਂ ਮਤਲਬ ਕਿ ਲੇਡੀਜ਼ ਔਰ ਜੈਂਟਸ ਨੂੰ ਮੈਂ ਦੱਸਣਾ ਚਾਹੁੰਦਾ ਆ ਵੀ ਜਿਹੜੀ ਇਹ ਇੰਡਸਟਰੀ ਆ ਇਹਦੇ ਵਿੱਚ ਕੋਈ ਵੀ ਬੰਦਾ ਕਾਮਯਾਬ ਹੋ ਸਕਦਾ ਆ ਚਾਹੇ ਉਹਨੂੰ ਦੁਨੀਆ ਦਾ ਕੋਈ ਕੰਮ ਆਉਂਦਾ ਚਾਹੇ ਨਹੀਂ ਆਉਂਦਾ ਹੈਗਾ ਠੀਕ ਹੈ ਕਿਉਂਕਿ ਹਰੇਕ ਕੰਮ ਕਰਨ ਦੀ ਸਿੱਖਣ ਦੀ ਇੱਕ ਕਲਾ ਹੁੰਦੀ ਹੈਗੀ ਆ ਠੀਕ ਹੈ ਅਗਰ ਮੈਂ ਗੱਲ ਕਰਾਂ ਕਈ ਲੋਕ ਇੱਕ ਮੇਰਾ ਫਰੈਂਡ ਸੀਗਾ ਡਰਾਈਵਰ ਸੀਗਾ ਉਹ ਮੈਨੂੰ ਕਹਿੰਦਾ ਬਈ ਇਹ ਕੰਮ ਮੈਂ ਨਹੀਂ ਕਰਦਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਤੂੰ ਡਰਾਈਵਰੀ ਕਿਹੜੀ ਕਰ ਰਿਹਾ ਇਹ ਕਿਹੜਾ ਸੌਖਾ ਕੰਮ ਆ ਅਗਰ ਇੱਕ ਵਾਰ ਸਟੇਰਿੰਗ ਇੱਧਰ ਨੂੰ ਹੋ ਗਿਆ ਤਾਂ ਖਤਮ ਆ ਕਹਾਣੀ ਤਾਂ ਇਹ ਤਾਂ ਇੰਡਸਟਰੀ ਇੰਨੀ ਵਧੀਆ ਇਹਦੇ ਤਾਂ ਕੋਈ ਸਟੇਰਿੰਗ ਸ਼ੁਰੂ ਦਾ ਕੰਮ ਹੀ ਹੈ ਨਹੀਂਗਾ ਬਸ ਇਹ ਹੈ ਕਿ ਇੱਕ ਸਿਸਟਮ ਨੂੰ ਸਮਝਣਾ ਆ ਇਹ ਸਿਸਟਮ ਕੰਮ ਕਿੱਦਾਂ ਕਰਦਾ ਆ ਇਹਦੇ ਵਿੱਚ ਦੇਖੋ ਆਪਾਂ ਨੂੰ ਇੱਕ ਹੋਰ ਵੀ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਆ ਆਪਾਂ ਨੂੰ ਵਿਟਾਮਿਨ ਮਾਰਕੀਟ ਵਿੱਚ ਕਿਹੜੇ ਕਿਹੜੇ ਵਿਟਾਮਿਨ ਮਿਲਦੇ ਆ ਵਿਟਾਮਿਨ ਏ ਬੀ ਸੀ ਡੀ ਠੀਕ ਹੈ ਕਿ ਜਿਹੜੀ ਇਹ ਇੰਡਸਟਰੀ ਹੈ ਇਹਦੇ ਵਿੱਚੋਂ ਵਿਟਾਮਿਨ ਐਮ ਮਿਲਦਾ ਆ ਹੁਣ ਤੁਸੀਂ ਕਹਿੰਦੇ ਹੋ ਵੀ ਵਿਟਾਮਿਨ ਐਮ ਦਾ ਕਰੇ ਸੁਣਿਆ ਹੀ ਵਿਟਾਮਿਨ ਐਮ ਦਾ ਮਤਲਬ ਕੀ ਆ ਮਨੀ ਠੀਕ ਹੈ ਜੀ ਪੈਸਾ ਇੱਕ ਇਹ ਇੰਡਸਟਰੀ ਆ ਜਿਹੜੀ ਤੁਹਾਨੂੰ ਵਿਟਾਮਿਨ ਐਮ ਵੀ ਦਿੰਦੀ ਹੈਗੀ ਆ ਹੋਰ ਤੁਸੀਂ ਦੁਕਾਨ ਤੇ ਜਿਹੜੀ ਵੀ ਮਰਜ਼ੀ ਚਲ ਜਾਓ ਉੱਥੇ ਕੀ ਆ ਤੁਹਾਡੀ ਜੇਬ ਤੋਂ ਪੈਸਾ ਜਾਂਦਾ ਹੀ ਆ ਜਾਂਦਾ ਹੀ ਆ ਜ਼ਰੂਰਤਾਂ ਪੂਰੀਆਂ ਹੁੰਦੀਆਂ ਹੈਗੀਆਂ ਇਹ ਜਿਹੜੀ ਇੰਡਸਟਰੀ ਆ ਇਹਦੇ ਵਿੱਚ ਵੀ ਪੈਸਾ ਜਾਂਦਾ ਆ ਪਰ ਵਾਪਸੀ ਦਾ ਰਸਤਾ ਹੈਗਾ ਆ ਦੂਜੇ ਪਾਸੇ ਜਿਹੜੀ ਆਮ ਲੋਕਲ ਮਾਰਕੀਟ ਉੱਥੇ ਉਹ ਸਾਰੇ ਰਸਤੇ ਬੰਦ ਹੋਏ ਤੁਹਾਡੇ ਕੋਲ ਪੈਸਾ ਨਹੀਂ ਆਉਣਾ ਠੀਕ ਹੈ ਪਰ ਇਹ ਇੰਡਸਟਰੀ ਇੱਦਾਂ ਦੀ ਆ ਇਹਦੇ ਵਿੱਚੋਂ ਅਗਰ ਪੈਸਾ ਜਾ ਰਿਹਾ ਠੀਕ ਆ ਤਾਂ ਇੱਕ ਸਰਕਲ ਬਣਿਆ ਹੋਇਆ ਇਹ ਇੰਡਸਟਰੀ ਤੁਹਾਨੂੰ ਪੈਸਾ ਦਿੰਦੀ ਵੀ ਹੈਗੀ ਆ ਠੀਕ ਹੈ ਸੋ ਅਗਰ ਤੁਸੀਂ ਵਿਟਾਮਿਨ ਐਮ ਲੈਣਾ ਚਾਹੁੰਦੇ ਹੈਗੇ ਆ ਸਭ ਤੋਂ ਜ਼ਿਆਦਾ ਤਾਕਤ ਵਾਲਾ ਵਿਟਾਮਿਨ ਐਮ ਹੈਗਾ ਆ ਜਿੰਨੀ ਇਹਦੀ ਤਾਕਤ ਹੈਗੀ ਆ ਮੈਨੂੰ ਲੱਗਦਾ ਨਹੀਂ ਬਾਕੀ ਵਿਟਾਮਿਨ ਤਾਕਤ ਵੀ ਹੈਗੀ ਆ ਠੀਕ ਹੈ ਸੋ ਆਓ ਆਪਾਂ ਹੁਣ ਅੱਗੇ ਚੱਲਦੇ ਹਾਂ ਵੀ ਜਿਹੜੀ ਆਪਾਂ ਸ਼ੁਰੂਆਤ ਵਾ ਜੇ ਮੰਨ ਲਓ ਤੁਸੀਂ ਪਲੈਨ ਕਰਨਾ ਸਿੱਖਣਾ ਹੈਗਾ ਆ ਜੋ ਮੈਂ ਆਪਣੀ ਟੀਮ ਨੂੰ ਸਿਖਾਉਣਾ ਹੈਗਾ ਆ ਹੁਣ ਆਪਾਂ ਜਦੋਂ ਵੀ ਬੋਰਡ ਦੇ ਉੱਪਰ ਕੋਈ ਪਲੈਨ ਕਰਨਾ ਸ਼ੁਰੂ ਕਰਦੇ ਜੋ ਮੇਰਾ ਐਕਸਪੀਰੀਅੰਸ ਹੈ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਸੀ ਇਸ ਇੰਡਸਟਰੀ ਦੇ ਵਿੱਚ ਮੈਂ ਕੀ ਕਰਦਾ ਹੁੰਦਾ ਸੀ ਜਦੋਂ ਵੀ ਆਪਣਾ ਨੇ ਕਹਿਣਾ ਵੀ ਤੁਸੀਂ ਬੋਰਡ ਦੇ ਉੱਪਰ ਮਤਲਬ ਕਿ ਨਾ ਟਾਈਪ ਕਰਨਾ ਸਿੱਖੋ ਹੁੰਦਾ ਕੀ ਸੀ ਮੰਨ ਲਓ ਹੁਣ ਆਪਾਂ ਇੱਥੇ ਡੈਕਸ ਲਈ ਲਿਖਣ ਲੱਗੇ ਹੈਗੇ ਆ ਅਗਰ ਅੱਜ ਮੈਂ ਕੰਫੀਡੈਂਸ ਦੇ ਨਾਲ ਗੱਲ ਕਰਦਾ ਪਿਆ ਤਾਂ ਉਹਦਾ ਕਾਰਨ ਇਹੀ ਆ ਕਿ ਮੈਂ ਇਸ ਦੇ ਉੱਪਰ ਪ੍ਰੈਕਟਿਸ ਬਹੁਤ ਕੀਤੀ ਹੋਈ ਆ ਪ੍ਰੈਕਟਿਸ ਦੇ ਨਾਲ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੈਗੇ ਆ ਠੀਕ ਹੈ ਹੁਣ ਆਪਾਂ ਕਰਨਾ ਕੀ ਆ ਆਪਾਂ ਨੇ ਕੀ ਕਰਨਾ ਜਿੱਦਾਂ ਹੁਣ ਆਪਾਂ ਡੈਕਸ ਲਈ ਲਿਖਿਆ ਹੁਣ ਇਹਦਾ ਜੇ ਆਪਾਂ ਫੁੱਲ ਫਾਰਮ ਲਿਖੀਏ ਡਾਇਰੈਕਟ ਸੇਲਿੰਗ ਇੰਡਸਟਰੀ ਬਣ ਗਈ ਆ ਅਗਰ ਮੈਂ ਸਾਰਾ ਲਿਖਣ ਲੱਗ ਪਾਂ ਦਾ ਤਾਂ ਮੈਂ ਟਾਈਮ ਵੇਸਟ ਕਰਾਂ ਸੀ ਠੀਕ ਹੈ ਹੁਣ ਜਿਹੜੀ ਸਾਡੀ ਕੰਪਨੀ ਮੋਦੀ ਘਰ ਆ ਆਪਾਂ ਨੇ ਸ਼ਾਰਟਕਟ ਕੀ ਯੂਜ਼ ਕਰਨੀ ਆ ਸ਼ਾਰਟਕਟ ਵਾਲੀ ਯੂਜ਼ ਕਰਨੀ ਹੈਗੀ ਆ ਮੰਨ ਲਓ ਤੁਸੀਂ ਮੋਦੀ ਘਰ ਲੈਣਾ ਹੈ ਠੀਕ ਹੈ ਤਾਂ ਤੁਸੀਂ ਮੋਦੀ ਘਰ ਦਾ ਐਮ ਲਿਖੋ ਠੀਕ ਹੈ ਅਗਰ ਤੁਸੀਂ ਮੰਨ ਲਓ ਸਾਡੇ ਜਿੱਦਾਂ ਮੋਦੀ ਗਰੁੱਪ ਦੀ ਸ਼ੁਰੂਆਤ ਕੀਤੀ ਸੀਗੀ ਮੰਨ ਲਓ ਰਾਏ ਬਹਾਦਰ ਗੁਜਰਾਲ ਮੋਦੀ ਜੀ ਆ ਠੀਕ ਹੈ ਤਾਂ ਆਪਾਂ ਉੱਥੇ ਕੀ ਕਰਾਂਗੇ ਰਾਏ ਬਹਾਦਰ ਗੁਜਰਮਲ ਮੋਦੀ ਠੀਕ ਹੈ ਮਤਲਬ ਜਦੋਂ ਵੀ ਤੁਸੀਂ ਬੋਰਡ ਦੇ ਉੱਪਰ ਲਿਖਣਾ ਡਰਨਾ ਨਹੀਂ ਘਬਰਾਉਣਾ ਨਹੀਂ ਸਭ ਤੋਂ ਪਹਿਲਾ ਕੰਮ ਹੈ ਕਿ ਤੁਹਾਨੂੰ ਨਰਵਸ ਨਹੀਂ ਹੋਣੀ ਚਾਹੀਦੀ ਆਪਾਂ ਠੀਕ ਹੈ ਹੁਣ ਆਪਾਂ ਕਈ ਵੀਰੇ ਜਿਹੜਾ ਆਪਾਂ ਸ਼ੋਰਟ ਮੇਰਾ ਪਲਾਨ ਮੈਂ ਦੱਸਿਆ ਹੋਇਆ ਉਹਦੇ ਵਿੱਚ ਮੈਂ ਫਾਇਦੇ ਦੱਸ ਰਿਹਾ ਮਤਲਬ ਕਿ ਸਟਾਰਟਿੰਗ ਵਿੱਚ ਕੀ ਆ ਆਪਾਂ ਜਿੱਦਾਂ ਮੈਂ ਦੱਸਿਆ ਹੋਵੇ ਡੈਕਸਲਿੰਗ ਕੀ ਚੀਜ਼ ਆ ਇੱਕ ਪੁਆਇੰਟ ਉਹ ਦੱਸ ਦਿਓ ਠੀਕ ਹੈ ਪਹਿਲਾਂ ਇਹਦੇ ਉੱਪਰ 5-6 ਵਾਰੀ ਮਤਲਬ ਕਿ ਤੁਸੀਂ ਆਪਾਂ ਰਿਵੀਜ਼ਨ ਕਰ ਲਈਏ ਉਹ ਤੋਂ ਜਿਹੜੇ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਆਪਣੇ ਮੈਸੇਜ ਕਮੈਂਟ ਔਰ ਆਪਣੇ ਜਿੰਨੇ ਵੀ ਤੁਹਾਨੂੰ ਟੀਮ ਹੈਗੇ ਉਹਨਾਂ ਦਾ ਸ਼ੇਅਰ ਜ਼ਰੂਰ ਕਰਿਓ ਔਰ ਇਹ ਜਿਹੜਾ ਮੈਂ ਪਾਰਟ 1 ਬਣਾਇਆ ਹੈਗਾ ਹੁਣ ਮੈਂ ਸੈਕੰਡ ਪਾਰਟ ਇੱਕ ਹੋਰ ਬਣਾਉਂਗਾ ਜਿਹਦੇ ਵਿੱਚ ਤੁਹਾਨੂੰ ਮੈਂ ਇਹ ਤੋਂ ਵੀ ਅੱਗੇ ਦੱਸੂਗਾ ਵੀ ਅੱਗੇ ਆਪਾਂ ਕੀ ਕਰਨਾ ਹੈਗਾ ਆ ਸੋ ਤੁਸੀਂ ਜਿਹੜਾ ਮੇਰਾ ਚੈਨਲ ਹੈ ਸਬਸਕ੍ਰਾਈਬ ਵੀ ਕਰੋ ਠੀਕ ਹੈ ਇਹਨੂੰ ਲਾਈਕ ਵੀ ਕਰੋ ਮੇਰੀ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗਦੀ ਹੈਗੀ ਆ ਉਹਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਕਿ ਮੇਰਾ ਜਿਹੜਾ ਹੌਸਲਾ ਆ ਉਹ ਹੋਰ ਵਧੇ ਅਤੇ ਮੈਂ ਤੁਹਾਨੂੰ ਹੋਰ ਵੀ ਬਹੁਤ ਵਧੀਆ ਵਧੀਆ ਜਾਣਕਾਰੀ ਦੇਵਾਂ ਸੋ ਥੈਂਕ ਯੂ ਸੋ ਮਚ ਜੀ